ਸਵਾਗਤ ਆ ਦੋਸਤੋ ਆਜ਼ਾਦ ਡੈਰੀ ਫਾਰਮ ਦੇ ਵਿੱਚ। ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ। ਮੇਰਾ ਮੋਬਾਈਲ ਨੰਬਰ 9780205513। ਅੱਜ ਦੀ ਵੀਡੀਓ ਪਿੰਡ ਕਾਲੇ ਕੇ, ਤਹਿਸੀਲ ਨੂੰ ਬਾਘਾ ਪੁਰਾਣਾ ਪੈਂਦਾ, ਜ਼ਿਲ੍ਹਾ ਦੋਸਤੋ ਮੋਗਾ ਰਹਿੰਦਾ। ਕਾਲੇ ਕੇ ਬਾਘੇ ਪੁਰਾਣੇ ਦੇ ਬਿਲਕੁਲ ਨਜ਼ਦੀਕ ਰਹਿੰਦਾ, 1-2 ਕਿਲੋਮੀਟਰ 'ਤੇ ਹੀ ਆ। ਅਤੇ ਅੱਜ ਦੀ ਵੀਡੀਓ ਵਿੱਚ ਬਾਈ ਕੋਲ ਗਰਮੀ ਦੇ ਤੋਹਫੇ ਆ, ਕਰੋਸ ਅੰਗ ਦੀਆਂ ਵਹਿਣਾ ਅਤੇ ਸ਼ਾਹੀ ਹਾਲ 'ਚ ਪੈਂਦੀ। ਇੱਧਰ ਗੱਲਾਂ ਬਾਤਾਂ ਆਪਾਂ ਬਾਈ ਨਾਲ ਕਰ ਲੈਂਦੇ ਹਾਂ, ਬਾਈ ਤੋਂ ਜਾਣਕਾਰੀ ਸਾਂਝੀ ਕਰ ਲੈਂਦੇ। ਆ ਜੀ ਬਾਈ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਤੇ ਐਡਰੈਸ ਦੱਸ ਦਿਓ। ਨਾਮ ਅਮਨਦੀਪ ਸਿੰਘ, ਪਿੰਡ ਕਾਲੇ ਕੇ, ਜ਼ਿਲ੍ਹਾ ਮੋਗਾ, ਤਹਿਸੀਲ ਬਾਘਾ ਪੁਰਾਣਾ। ਮੋਬਾਈਲ ਨੰਬਰ ਬੋਲਦੀ ਬਾਈ 9591-2570। ਇੱਕ ਵਾਰੀ ਹੋਰ ਬੋਲਦੀ 9591-2570। ਠੀਕ ਹੈ ਦੋਸਤੋ, ਬਾਈ ਦਾ ਨੰਬਰ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਕਰੀਨ ਤੇ। ਗੱਲਬਾਤ ਕਰ ਲਈਏ ਵੀ ਇਸ ਵੈੜ ਬਾਰੇ ਇਹਦੀ ਕੀ ਡਿਟੇਲ ਆ ਬਾਈ? ਇਹ ਬਾਈ ਜੀ ਦੂਜਾ ਸੂਆ ਸੁਣੀ ਆ। ਅੱਛਾ, ਗੱਬਣ? ਹਾਂਜੀ ਗੱਬਣ ਆ। ਬੱਚੇ ਖੋਲੀ ਫਿਰਨ ਲੈ, ਮਤਲਬ ਜਿਵੇਂ ਮਰਜੀ ਕੋਈ ਬੁੜੀਆਂ ਖੋਲੀ ਫਿਰਨ, ਜਵਾਬ ਕੋਈ ਪ੍ਰੋਬਲਮ ਵਾਲੀ ਗੱਲ ਠੰਡੀ ਸੀਲ ਪੂਰੀ ਠੰਡੀ ਸੀਲ ਆ ਬਾਈ। ਠੀਕ ਆ, ਤੋਰ ਕੇ ਦਿਖਾ ਦੀ ਹੁਣ ਕੱਢ ਦੀ ਬਾਹਰ, ਕੋਈ ਜਮਾ ਹੀ ਕਮੀ ਪੇਸ਼ੀ ਨਹੀਂ ਬਾਈ ਕਾਂ ਜੀ ਯਾਰ। ਠੀਕ ਹੈ, ਇਧਰ ਨੂੰ ਤੋਰਦੀ ਬਈ ਮੇਰੇ, ਹੈ ਇਧਰ ਨੂੰ ਤੋਰਦੀ। ਦੋਸਤੋ ਦੂਜਾ ਸੂਆ ਸੁਣਦੀ ਆ, ਤੇ ਸੋਦੇ ਹਫਤੇ ਦੀ ਕੱਚੀ ਆ, ਥਣ ਹਵਾਨਾ ਸੋਹਣਾ ਹੈਗਾ, ਥਣਾਂ ਦੇ ਸਾਈਜ਼ ਵੀ ਸੋਹਣੇ ਆ, ਥਣ ਚਾਰ ਹੀ ਆ, ਇਕੱਲੇ ਇਕੱਲੇ ਗੈਪ ਤੇ ਨਿਖੜਵੀਆਂ, ਸਿੰਘ ਜ਼ਰੂਰ ਆ, ਸਿੰਘਾਂ ਦੀ ਬਾਈਆਂ ਦਾ ਕੋਈ ਦਿੱਕਤ ਨਹੀਂ। ਪਿਛਲੇ ਸੂਏ ਜਿਹੜਾ ਦੁੱਧ ਦਾ ਰਿਕਾਰਡ ਦੱਸਿਆ ਵੀ 12 ਦਿੱਤਾ, 12 ਹੀ ਬਾਕੀ ਦਾ, ਹੁਣ ਮੰਨ ਲਓ ਬਾਕੀ ਤੁਹਾਡੀ ਸੇਵਾ ਦਾ ਦੁੱਧ। ਤੇ ਗੱਲਬਾਤ ਬਾਈ ਇਹਨਾਂ ਵੀ ਫੈਟ ਇਹਦੀ ਚੈੱਕ ਕਰੀਏ ਤਾਂ ਫੈਟ ਚੰਗੀ ਹੁੰਦੀ, ਕਿਉਂਕਿ ਕਰੋਸ ਅੰਗ ਹਜੇ ਵਾਲ ਢਿੱਲਾ ਪਈਆਂ ਵੀ ਥਾਂ ਗਰਮੀ ਰਹਿ ਗਿਆ। ਇਧਰ ਥਣ ਹਮਨਾ ਤੁਹਾਨੂੰ ਦਿਖਾ ਦਿੰਦੇ, ਚੈੱਕ ਕਰ ਲਓ ਥਣਾਂ ਦੇ ਸਿਹਤ ਨੂੰ, ਚਾਰ ਹੀ ਸੋਹਣੇ ਜਿੰਨੇ ਉਹਨੇ ਹੱਥੀ ਚਵਾਈ ਵਾਲੇ ਆ, ਫੇਸ ਉਹ ਵੀ ਜਰਸੀਆਂ ਚ ਆਉਂਦੀ ਬਾਈ, ਨਿੱਕਾ ਕਰਨੀ ਆ। ਠੀਕ ਆ, ਫੇਸ ਕੁਆਲਿਟੀ ਚੈੱਕ ਕਰ ਲਓ ਬਾਈ, ਨਾ ਜਰਸੀ ਚ ਪੈਂਦੀ ਹੈ ਕਰੋਸ ਅੰਗ ਦੀ ਵੇੜ, ਗਰਮੀ ਦਾ ਤੋਹਫਾ। ਮੜਾ ਇਧਰ ਨੂੰ ਕਰਦੀ ਥਣ ਹਮਨਾ, ਇਧਰ ਵੀ ਛੱਡ ਤੋ ਵੀ ਆਪਾਂ ਦਿਖਾ ਦਿੰਦੇ ਆ, ਹਫਤਾ ਕੁ ਲੈ ਜੂਗੀ ਉਸ ਹਿਸਾਬ ਨਾਲ ਵਾਲ ਢਿੱਲਾਂ, ਦੋਸਤੋ ਪੰਜਾਂ ਤੁਹਾਨੂੰ ਦੱਸ ਦੇਣਾ ਉਹਨਾਂ ਨਾਲ, ਉਸ ਹਿਸਾਬ ਨਾਲ ਹਵਾਨੇ ਦੀ ਜੱਜਮੈਂਟ ਕਰ ਲਿਓ ਵੀ ਕਿੰਨਾ ਕੁ ਦੁੱਧ ਤੁਸੀਂ ਇਹ ਤੋਂ ਪੀ ਸਕਦੇ ਹੋ। ਥਣ ਤੁਹਾਨੂੰ ਸਾਰੇ ਐਂਗਲਾਂ ਤੋਂ ਆਪਾਂ ਦਿਖਾ ਦਿੰਦੇ ਹਾਂ, ਥਣਾਂ ਦੀ ਬਣਾਵਟ ਚੈੱਕ ਕਰ ਲਓ। ਲਓ ਜੀ ਕੱਦ ਕੱਟ ਵੀ ਸੋਹਣਾ ਗਾ, ਬਾਕੀ ਵਜਨ ਵੀ ਚੰਗਾ, ਵੱਚੀ ਜਾਣ ਚ। ਤੇ ਇਹਦੇ ਮੁੱਲ ਦੀ ਗੱਲ ਕਰੀਏ, ਮੁੱਲ ਬਈ ਜਿਹਦੇ ਦੇ ਸਿੰਗ ਨਾ ਹੁੰਦੇ ਤਾਂ ਵੱਚੀ ਸੀਗੀ 42-43 ਹਜ਼ਾਰ ਰੁਪਏ ਦੀ। ਠੀਕ ਹੈ ਬਈ, ਪਰ ਅੱਜ ਆਪਾਂ ਇਹ ਵੱਚੀ 33 ਹਜ਼ਾਰ ਰੁਪਏ ਦੀ ਦੇ ਦੇਣੀ ਆ। ਅੱਛਾ, 33 ਹਜ਼ਾਰ ਦੀ? ਹਾਂਜੀ ਬਈ। ਤੇ ਇਹਦੇ ਚ ਮਾਨਤਾਨ ਕਰ ਦੋਗੇ? ਮਾਨਤਾਨ ਹੋ ਬਈ, ਹੋਊਗਾ ਥੋੜਾ ਬਹੁਤ ਪਰ ਕਰਾਂਗੇ ਜ਼ਰੂਰ। ਠੀਕ ਹੈ ਦੋਸਤੋ, ਮਾਨਤਾਨ ਤੁਹਾਡਾ ਹੋ ਜਾਊਗਾ। 33 ਹਜ਼ਾਰ ਬਾਈ ਨੇ ਡਿਮਾਂਡ ਰੱਖਿਆ, 1 ਨੰਬਰ ਗੱਬਣ। ਅੱਗੇ ਚੱਲਦੇ ਹਾਂ ਬਈ, 2 ਨੰਬਰ ਬਈ ਪਿਓਰ ਸ਼ਾਹੀ ਵਾਲਾ ਇਹ। ਅੱਛਾ, ਸ਼ਾਹੀ ਵਾਲਾ ਪਿਓਰ? ਹਾਂਜੀ ਪੂਰਾ ਬਈ, ਵੇਖ ਧੁੰਨੀ ਵੇਖੋ, ਕੰਬਲਾ ਵੇਖ ਕਿੰਨਾ ਭਰਾ। ਠੀਕ ਹੈ, ਮੂੰਹ 4 ਦੰਦਾ? ਅੱਛਾ, ਮੂੰਹ 4 ਦੰਦਾ। ਇਹ 6 ਮਹੀਨਿਆਂ ਦਾ ਬਈ ਬੱਚਾ ਸੱਟ ਗਈ, ਬੱਚਾ ਸੱਟੇ ਨੂੰ 20 ਦਿਨ ਹੋ ਗਏ ਲਗਭਗ, ਮੰਨ ਲਓ ਵੀ ਹੁਣ 6.5 ਮਹੀਨੇ ਦੀ ਗੱਭਣ ਹੋਣਾ ਸੀ ਇਹਨੇ। ਠੀਕ ਹੈ, 6 ਮਹੀਨਿਆਂ ਦਾ ਬੱਚਾ ਸੱਟ ਗਈ, 5-4 ਦਿਨ ਘੱਟ ਸੀਗੇ। ਠੀਕ ਹੈ, ਹਾਂਜੀ ਬਈ। ਤੇ ਦੁੱਧ ਦੇਰੀ ਹੁਣ? ਦੁੱਧ ਬਈ ਇਹਦੇ ਹੇਠਾਂ 2 ਵੇਲਿਆਂ ਦਾ ਹੁਣ 4 ਕਿਲੋ ਦੁੱਧ ਆ। ਅੱਛਾ, 2 ਵੇਲਿਆਂ ਦਾ 4 ਕਿਲੋ? 2 ਵੇਲਿਆਂ ਦਾ ਹੀ 4 ਕਿਲੋ ਦੁੱਧ ਆ, ਠੰਡੀ ਸੀਲ ਇਹ ਵੀ ਪੂਰੀ ਆ ਬਈ। ਠੀਕ ਹੈ, ਹਾਂ ਜਿਵੇਂ ਮਰਜ਼ੀ ਆ ਤਾਂ ਚੱਲ ਹਨਾ ਵੀ ਨਾਥੋਂ ਤੋਂ ਵੱਛੀ ਕਰਕੇ ਚੱਲ ਅਗਲੇ ਨੇ ਪਾਤੀ ਆ। ਠੀਕ ਹੈ, ਆਵੇ ਬਈ ਪੂਰੀ ਠੰਡੀ ਸੀਲ ਆ, ਲੈ ਲੋ ਜੀ ਚੈੱਕ ਕਰ ਲਓ, ਠੰਡੀ ਸੀਲ ਪੂਰੀ ਆ। ਹਾਂ ਬਈ, 4 ਕਿਲੋ ਦੁੱਧ ਜਿਵੇਂ ਮਰਜ਼ੀ ਆਵੇ ਬਈ, 2 ਟਾਈਮ ਚੋਲੇ ਪਈ, 3 ਟਾਈਮ? ਹਾਂਜੀ ਹਾਂਜੀ ਬਾਈ ਜੀ, ਲੈ ਲੈ ਲੋ ਜੀ ਪੂਰੀ ਠੰਡੀ ਸੀਲ ਆ ਬਈ, ਧੋਰਦੀ ਮੜਾ ਕੱਢ ਕੇ ਦੇਈ ਦੋਸਤੋ। ਸ਼ਾਹੀ ਵਾਲਾ ਕੁਆਲਿਟੀ ਤੁਹਾਡੇ ਸਾਹਮਣੇ, ਕੁਆਲਿਟੀ ਚੈੱਕ ਕਰ ਲਓ, ਮੂੰਹ ਵੀ ਹਟੇ 4 ਦੰਦ ਪਿਆ ਬਾਈ ਰਵੇ ਠੀਕ, ਮੰਨ ਲਾ ਹੁਣ ਦੰਦ ਕਿੰਨਾ ਸੂਆ ਸੁੰਦੀ ਸੀ ਪਹਿਲਾਂ ਨਹੀਂ ਸੀ ਬਾਈ? ਅੱਛਾ, ਪਹਿਲਾਂ ਨਹੀਂ ਸੀ? ਹਾਂ। ਅੱਛਾ, ਹੁਣ ਦੁੱਧ ਦੇਣ ਲੱਗ ਗਈ? ਦੁੱਧ ਹਾਂ ਬਾਈ, ਦੁੱਧ ਦੇ ਰਿਹਾ, ਮੰਨ ਲਾ ਜਿਵੇਂ ਦਿਨ ਪੂਰੇ ਹੋ ਜਾਣ ਇਹਦੇ ਹਨਾ, ਅਗਲੀ ਦੋ ਦਿਨ ਇਹਨੇ ਗੱਬਣ ਵੀ ਹੋ ਜਾਣਾ।
ਕਿਉਂਕਿ ਗਰਮੀਆਂ ਦਾ ਮੌਸਮ ਆ, ਗਰਮੀ ਵੀ ਬਹੁਤ ਜ਼ਿਆਦਾ ਪਈ ਪਿਛਲੇ ਦਿਨਾਂ ਚ, ਜਿਹਦੇ ਕਾਰਨ ਵੀ ਥੋੜੇ ਸਾਂਭ ਸੰਭਾਲ ਚ ਵੀ ਜੰਬਾਈ ਦਾ ਫਰਕ ਹੋ ਗਿਆ ਹਨਾ, ਜਿਹਨੇ ਵੀ ਜਿੱਥੋਂ ਆਈ ਆ ਜਾਂ ਗਰਮੀ ਜ਼ਿਆਦਾ ਕਰਕੇ ਕੋਈ ਵੀ ਕਾਰਨ ਨਾਲੋਂ, ਕੁਦਰਤੀ ਕਾਰਨ ਨਾਲੋਂ, ਤੇ ਬੱਚਾ ਜਿਹੜਾ 6 ਮਹੀਨਿਆਂ ਦਾ ਸੈੱਟ ਚੁੱਕੀ ਆ ਤੇ ਇਸ ਟਾਈਮ ਦੁੱਧ 4 ਕਿਲੋ ਤੇ ਚੱਲ ਰਹੀ ਆ। ਹਾਂ, ਠੰਡੀ ਸੀਲ ਪੂਰੀ ਆ ਵੀ ਜਮਾ ਹੀ ਨਹੀਂ ਕੋਈ ਉਹ ਜਿਹਾ ਕੰਮ ਹਨਾ ਵੀ ਲੱਤ ਛਾੜ ਵਾਲਾ, ਤੇ 4 ਕਿਲੋ ਤਾਂ ਕੋਈ ਦੋ ਟਾਈਮ ਚੋਈ ਕਰ ਲਈ। ਮੈਂ ਨਾ ਬਈ ਤਸੱਲੀ ਕਰਕੇ ਲੈ ਗਿਆ, ਚਵਾਈ ਚ ਵੀ ਬਾਲੀ ਚੰਗੀ ਆ ਬਈ। ਠੀਕ ਆ, ਤੇ ਇਹਦਾ ਮੁੱਲ ਬਈ ਫਿਰ ਕੀ ਰਹਿਣ ਵਾਲਾ ਹੈਗਾ? ਥਣਾ ਦੀ ਬਣਾਵਟ ਦਿਖਾ ਦਿੰਦੇ, ਉਹ ਥਣਾ ਚੈੱਕ ਕਰ ਲਓ, ਹਵਾਲਾ ਚੈੱਕ ਕਰ ਲਓ। ਲਓ ਜੀ, ਇਹਦਾ ਮੁੱਲ ਫਿਰ ਕੀ ਰਹਿਣ ਵਾਲਾ ਬਈ? ਮੁੱਲ ਇਹਦਾ ਬਈ ਯਾਰ ਇਹਦਾ ਮੰਨ ਲਾ 30,000 ਦੀ ਤਾਂ ਹੁਣ ਵੀ ਵੈਟ ਸੀਗੀ, ਗੱਬਣ ਗੱਬਣ ਵੈਗ ਦੀ। ਠੀਕ ਚੱਲ ਹੁਣ ਠੀਕ ਆ ਹਨਾ, ਜਿਵੇਂ ਚੱਲ ਪਰਮਾਤਮਾ ਚੰਗਾ ਲੱਗਿਆ, ਅੱਜ ਇਹ ਵੈਟ ਆਪਾਂ 12,000 ਰੁਪਏ ਦੇ ਦਿਆਂਗੇ। 12,000 ਦੀ ਦੇ ਦਾਂ? ਹਾਂਜੀ, ਬੱਚਿਆਂ ਦਾ ਮੁੱਲ ਹਾਂ ਥੋੜਾ ਬਹੁਤਾ ਹੋ ਜੂ ਬਈ, ਮੂੰਹ ਚਾਰ ਦਾਂ ਦਾ ਮਤਲਬ ਪੂਰੀ ਠੰਡੀ ਸੀ ਲਾ ਨਾ ਬਈ, ਜਿਹੜਾ ਕਿਸੇ ਭੈਣ ਭਰਾ ਨੇ ਦੂਰੋਂ ਆਉਣਾ ਹੁੰਦਾ ਹਨਾ, ਮੰਨ ਲਓ ਤੋਂ ਲੰਬੀ ਸਕਿਨ ਚ ਆਈ ਵੀ ਸੀ ਜੀ, ਇਹ ਕੋਈ ਬਾਹਲੇ ਨੀਗੇ ਦਾਗ ਮੁੜਕੇ ਵਾਲਾ ਕਹਿੰਦੇ ਇੱਥੇ ਆ ਕੇ ਹਨਾ, ਜਿਹੜੀ ਲੰਪੀ ਚੱਲੀ ਸੀ। ਹਾਂਜੀ ਹਾਂਜੀ, ਪੁਰਾਣੇ ਸਮਿਆਂ ਵਾਲੀ ਵੀ ਉਹ ਦਾਗ ਆ ਵੀ ਮਾੜੇ ਮੋਟੇ ਜਿਵੇਂ ਹਨਾ, ਹੈ ਕੋਈ ਇਹਨਾਂ ਨੂੰ ਉਹ ਨੀ ਵੀ ਜ਼ਖਮ ਨੀ ਕੁਛ ਨੀ, ਵੈਸੇ ਦਾਗ ਜੇ ਜਿਵੇਂ ਨਿਸ਼ਾਨ ਜਿਹਾ ਮੁੜਕੇ ਵਾਲਾ, ਤਾਂ ਬਈ ਤੁਸੀਂ ਪਹਿਲਾਂ ਨੀ ਦੱਸਿਆ ਕਹਿੰਦੇ ਦੂਰੋਂ ਆਉਣਾ ਹੁੰਦਾ ਵੀ ਨਾ ਆਪਣਾ ਦੱਸਣ ਦਾ ਫਰਕ। ਦੋਸਤੋ ਜਿਹੜੀ ਗੱਲ ਬਈ ਨੇ ਤੁਹਾਨੂੰ ਸਾਹਮਣੇ ਕੈਮਰੇ 'ਚ ਵੀ ਤੁਹਾਨੂੰ ਦੱਸਦੀ ਹੋਣੀ ਆ ਕਿ ਬਈ ਨੇ ਦੱਸਤੀ, ਬਈ ਇੱਕ ਗੱਲ ਹੋਰ ਦੱਸੀ ਫਿਰ, ਤੇਰੀ ਚਵਾਈ ਹੋ ਚੁੱਕੀ ਹੈ ਸਵੇਰ ਦੀ ਕਿ ਨਹੀਂ? ਨਹੀਂ ਨਹੀਂ ਹੋਈ ਵੀ ਆ ਬਈ ਚਵਾਈ ਤਾਂ, ਚਵਾਈ ਹੋਈ। ਹਾਂਜੀ ਹਾਂਜੀ, ਠੀਕ ਹੈ, ਤੇ ਮਾੜਾ ਸਮਾਂ ਦਿਖਾ ਦੀ ਵੀਡੀਓ ਬਣਾਉਣ ਦਾ, ਕਿਉਂਕਿ ਦੋਸਤੋ ਭਵਾਨੇ ਦੀ ਜੱਜਮੈਂਟ ਉਸ ਹਿਸਾਬ ਨਾਲ ਕਰੋ, ਕਿਉਂਕਿ ਵੀਡੀਓ ਬਣਾਉਣ ਦਾ ਸਮਾਂ ਵੀ ਤੁਹਾਨੂੰ ਦੱਸ ਦੇਣ ਲੱਗਾ 10 ਵਜੇ ਦਾ ਹੋਊਗਾ। ਜੋ ਆਪਾਂ ਐਂਟਰੀ ਕਰੀ ਸੀ ਦੇਖਿਆ ਸੀ 10:15 ਸੀ, ਹੁਣ 10:05 ਦਾ ਸਮਾਂ ਹੋ ਗਿਆ ਤੇ ਸਵੇਰ ਦੀ ਚਵਾਈ ਹੋ ਚੁੱਕੀ ਹੈ, ਉਸ ਹਿਸਾਬ ਨਾਲ ਤੁਸੀਂ ਜੱਜਮੈਂਟ ਕਰਨੀ। ਬਾਕੀ ਸ਼ਾਮ ਨੂੰ ਤੁਸੀਂ ਆਓਗੇ ਪਵਾਨਾ ਤੋਂ ਭਰ ਲੈਣਾ ਤੇ ਬਾਕੀ ਜਾਂ ਬਾਈ ਤੋਂ ਵੀਡੀਓ ਮੰਗਾ ਲਿਓ, ਤੇ ਮੁੱਲ ਬਾਈ ਨੇ ਤੁਹਾਨੂੰ ਦੱਸ ਹੀ ਦਿੱਤਾ। ਅੱਗੇ ਚੱਲਦੇ ਹਾਂ ਬਈ, ਇਸ ਵੈੜ ਦੀ ਕੀ ਡਿਟੇਲ ਆ? ਇਹ ਬਈ 10-11 ਮਹੀਨਿਆਂ ਦੀ ਵੱਛੀ ਆ। ਅੱਛਾ, 10-11 ਮਹੀਨਿਆਂ ਦੀ ਖੀਰੀ ਆ, ਹਜੇ ਦੁੱਧ ਦੰਦੀ ਆ ਜਮਾ। ਜਰਸੀ ਆ? ਹਾਂ ਜਰਸੀ, ਬਈ ਪੰਜਾਬ ਵਾਲੀ ਗਾਂ ਦੀ ਇਹ ਵੱਛੀ ਆ। ਠੀਕ ਆ, ਉਹ ਮੱਥਾ ਵੇਖ ਲਓ ਬਈ, ਬਹੁਤ ਸੋਹਣਾ ਆਵੇ, ਵੇਖੋ ਜੀ। ਲਓ ਜੀ, ਫੇਸ ਕਾਰਡ ਚੈੱਕ ਕਰ ਲਓ। ਹਾਂਜੀ, ਤੇ ਇਹ ਆਪਾਂ ਦੇ ਦਿਆਂਗੇ 5,000 ਰੁਪਏ ਦੀ। ਅੱਛਾ, 5,000 ਰੁਪਏ ਦੀ? ਹਾਂਜੀ ਬਈ, ਮਾਨਤਾਨ ਕਰ ਦਾਂਗੇ ਬਸ, ਇਹਦੇ ਵਿੱਚ ਤਾਂ 100-200 ਹੀ ਹੋਣਾ ਬਈ, ਛੋਟ ਹੀ ਹੋਣੀ ਆ। ਠੀਕ ਹੈ, ਸਹੀ ਹੈ। ਥਣਾ ਹਵਾਨਾ ਦਿਖਾਣੇ ਦੋਸਤੋ, 5,000 ਦੀ ਬਾਈ ਨੇ ਦੇ ਦੇਣੀ ਆ ਖੀਰੀ ਆ। ਥਣਾ ਦੀ ਬਣਾਵਟ ਚੈੱਕ ਕਰ ਲਓ, ਥਣਾ 'ਚ ਵਿੱਥੀ ਤੁਹਾਨੂੰ ਦਿਖਦੀ ਹੋਣੀ ਆ। ਜੇ ਕੋਈ ਵੀਰ ਚੰਗੀ ਸਾਂਭ ਸੰਭਾਲ ਕਰ ਲਏ, ਪਾਲਣ ਵਾਲੇ ਵੀਰ ਦੇ ਕੰਮ ਦੀ ਵੱਛੀ ਆ, ਤੇ ਛੇਤੀ ਤਿਆਰ ਹੋ ਜੂਗੀ। ਤੇ ਅੱਜ ਦੀ ਵੀਡੀਓ ਵਿੱਚ ਬਾਈ ਕੋਲ 3 ਨਾਗ ਵਿਕਾਊ ਆ, ਜਿਹੜਾ ਜਾਨਵਰ ਜਿਹੜੇ ਵੀਰ ਨੂੰ ਜਚੇ ਬਾਈ ਨਾਲ ਸੰਪਰਕ ਕਰ ਲਓ, ਨੰਬਰ ਸਕਰੀਨ ਤੇ ਚੱਲਦਾ ਰਹਿਣਾ। ਵੀਡੀਓ ਦੇਖਣ ਲਈ ਧੰਨਵਾਦ ਦੋਸਤੋ, ਵੀਡੀਓ ਨੂੰ ਸ਼ੇਅਰ ਕਰਦੇ ਕਰੋ।